सत श्री अकाल दोस्तों, तुसी वेख रहे हो डी न्यूज़ पंजाब ते मैं तुहाडा दोस्त दिलबाग जखमी। जे भुख ना होवे तां कोई ना रोवे, ते मसला सारा रोटी दा। दोस्तों रोटी दा मसला है, ते इस रोटी ने जिहड़ा इंसान है उसनूं कदी गेड़ां च पाया होया। कोई इंसान किसी तरह रोटी कमाउंदा, कोई किसी तरह, पर जिहड़े इहो जिहे वी अजिहे वी कुछ इंसान ने जिहड़े बहुत खतरनाक तरीके नाल जिहड़ी अपनी रोटी कमाउंदे आ। सो साइकल कलाकार तुसी सुणिया होणा, जिहड़े पुराने लोक ने उहनां ने तां वेखे वी होणगे। अज कल खैर दौर बहुत घट गया, पर पहला जिहड़े हुंदे ने प्रोग्राम बहुत हुंदे सी, कुछ थावां ते अज वी हुंदे ने। अज असीं पहुंचे हां पिंड विरखुरद जिला बठिंडा, जिथे साइकल कलाकारां दी टीम बैठी आ ते मेरे नाल मौजूद ने। इत्थे उहनां दा प्रोग्राम चल रिहा, एक दो दिन का प्रोग्राम होर रह गया, पर अज उहनां दे नाल गल्लबात करन दा मौका मिलिया कि आखिर यह राह ही क्यों चुने, क्योंकि पंजाबी नौजवान ने नेड़े तेड़े पिंडां दे ने, यही राह क्यों चुने, क्योंकि बड़ा खतरनाक राह, बड़ियां खतरनाक आइटमां हुंदियां ने। साडे नाल बाई जी ने, बाई सत श्री अकाल। सत श्री अकाल बाई जी, की नाम तुहाडा? मेरा नाम इकबाल सिंह जी। ਇਕਬਾਲ ਸਿੰਘ ਜੀ, ਕਿ ਤੁਸੀਂ ਕਿੱਥੋਂ ਦੇ ਹੋ, ਤੁਹਾਡੀ ਟੀਮ ਕਿੱਥੋਂ ਦੀ ਹੈ, ਇੰਟਰਡਿਊਸ ਕਰਾ ਦਿਓ। ਸਾਡਾ ਪਿੰਡ ਜੀ ਬਾਹਵਾ, ਜ਼ਿਲ੍ਹਾ ਮੁਕਤਸਰ ਜੀ। ਜੀ ਅਤੇ ਜੀ ਟੀਮ ਬਾਰੇ ਥੋੜ੍ਹਾ ਦੱਸ ਦਿਓ ਕਿ ਤੁਹਾਡੀ ਟੀਮ ਕਿੱਥੋਂ ਹੈ ਅਤੇ ਕਿਹਦਾ ਨਾਮ ਕੀ ਹੈ? ਸਾਡੀ ਟੀਮ ਹੈਗੀ ਹੈ ਮਿੰਨੀ ਧਰਮਵੀਰ ਸਰਕਸ, ਪਿੰਡ ਬਾਹਵਾ, ਜ਼ਿਲ੍ਹਾ ਮੁਕਤਸਰ ਜੀ। ਅਤੇ ਅਸੀਂ ਬਚਪਨ ਤੋਂ ਇਹ 10-12 ਸਾਲ ਦਾ ਜਦੋਂ ਮੈਂ ਕੰਮ ਕਰਦਾ ਆ ਰਿਹਾ ਜੀ। ਨਹੀਂ ਲਾਈਨ ਹੀ ਇਹੀ ਲਾਈਨ ਕਿਉਂ ਚੁਣੀ, ਕਿਉਂਕਿ ਕੰਮ ਹੋਰ ਬੜੇ ਨੇ, ਪੜ੍ਹ ਲਿਖ ਕੇ ਲੋਕ ਕਹਿੰਦੇ ਮੈਂ ਨੌਕਰੀ ਲੱਗੂੰਗਾ, ਤੁਸੀਂ ਇਹੀ ਲਾਈਨ ਕਿਉਂ ਚੁਣੀ? ਉਦੋਂ ਮਜਬੂਰੀ ਸੀ, ਉਹਦੇ ਨਾਲ ਪਤਾ ਨਹੀਂ ਸੀਗਾ, ਪੜ੍ਹਨ ਦਾ ਖਿਆਲ ਨਹੀਂ ਸੀਗਾ, ਇਸ ਚੱਕਰ 'ਚ ਨਹੀਂ ਆਏ। ਫਿਰ ਅਸੀਂ ਇਹ ਸਾਈਕਲ ਦੇ ਚੱਕਰ 'ਚ ਪੈ ਗਏ, ਸਾਡੇ ਪਿੰਡ ਆਏ ਸੀ, ਉੱਥੋਂ ਅਸੀਂ ਉਸਤਾਦ ਧਾਰਿਆ, ਉਹਨਾਂ ਨਾਲ ਗਏ, ਫਿਰ ਸਾਨੂੰ 4-5 ਸਾਲ ਅਸੀਂ ਉਹਨਾਂ ਨਾਲ ਰਹੇ। ਉਸ ਤੋਂ ਬਾਅਦ ਅਸੀਂ ਆਪਦਾ ਪ੍ਰੋਗਰਾਮ ਕੀਤਾ, ਕਿ ਬਹੁਤ ਜ਼ਿਆਦਾ ਦੁਨੀਆਦਾਰੀ ਮੰਨਦੀ ਸੀ ਉਸ ਸਮੇਂ ਦੇ ਵਿੱਚ, ਅਤੇ ਹੁਣ ਇਹ ਬਹੁਤ ਜ਼ਿਆਦਾ ਘੱਟ ਆ, ਵੀ ਕਈ ਕਈ ਪਿੰਡਾਂ ਦੇ ਵਿੱਚ, ਕਈ ਇਲਾਕੇ ਦੇ ਵਿੱਚ। ਤੁਹਾਡੀ ਉਮਰ ਕਿੰਨੀ ਕੁ ਸੀ ਜਦੋਂ ਤੁਸੀਂ ਇਹ ਕਿੱਤੇ 'ਚ ਆ ਗਏ? 12 ਸਾਲ ਦੀ ਉਮਰ ਸੀ ਜੀ ਮੇਰੀ। ਹਾਂਜੀ, ਪੜ੍ਹਾਈ ਕਰਦੇ ਸੀ, ਪੜ੍ਹਾਈ ਛੱਡ ਕੇ ਆਏ ਸੀ ਜਾਂ ਪੜ੍ਹਾਈ? ਨਹੀਂ, ਪੜ੍ਹੇ ਨਹੀਂ ਸਕੂਲੇ, ਲੱਗੇ ਲਾਇਆ ਸੀ ਮੰਮੀ ਡੈਡੀ ਨੇ ਜਦੋਂ, ਪਰ ਪੜ੍ਹੇ ਨਹੀਂ ਸੀ। ਅਤੇ ਆਹ ਸਾਡੀ ਟੀਮ ਆ ਸਾਰੀ, ਜਿਹੜੇ ਨਾ ਮੁੰਡੇ ਕੰਮ ਕਰਦੇ, ਹਾਂ ਇਹ ਨਾ ਇਹ ਮੁੰਡੇ ਦਾ ਨਾਂ ਹੈਗਾ ਭੋਲਾ ਸਿੰਘ, ਇਹਦਾ ਨਾਂ ਹੈਗਾ ਅੰਕਦੀਪ, ਆਹ ਹੈਗਾ ਗੁਰਵਿੰਦਰ ਸਿੰਘ ਜੀ। ਜੀ ਰਾਜਵੀਰ ਸਿੰਘ। ਹਾਂਜੀ, ਚਲੋ ਬੜੀ ਵਧੀਆ ਤੁਹਾਡੀ ਟੀਮ ਹੈ, ਮੈਂ ਪ੍ਰੋਗਰਾਮ ਤੁਹਾਡਾ ਦੇਖਿਆ, ਬੜਾ ਵਧੀਆ ਕੰਮ ਕਰਦੇ ਨੇ। ਹਾਂਜੀ, ਪਰ ਜਿਵੇਂ ਬਹੁਤ ਖਤਰਨਾਕ ਕੰਮ ਹੈ ਨਾ, ਤੁਸੀਂ ਜਿਵੇਂ ਐਟਮਾਂ ਹੁੰਦੀਆਂ ਨੇ ਬੜੀਆਂ ਖਤਰਨਾਕ ਹੁੰਦੀਆਂ ਨੇ, ਅੱਗ ਨਾਲ ਖੇਡਣਾ, ਕੱਚ ਨਾਲ ਖੇਡਣਾ, ਬੋਤਲਾਂ ਭੰਨਣੀਆਂ, ਉਹ ਚੀਜ਼ਾਂ ਬੜੀਆਂ ਖਤਰਨਾਕ ਹੁੰਦੀਆਂ ਨੇ। ਡਰ ਨਹੀਂ ਲੱਗਦਾ ਸੀਗਾ ਜਦੋਂ ਟੀਮ ਤੁਹਾਡੀ ਕੋਈ ਜੁਆਇਨ ਕਰਦਾ, ਉਹਨੂੰ ਐਂ ਲੱਗਦਾ ਕਿ ਇਹ ਤਾਂ ਬਹੁਤ ਖਤਰਾ ਹੋਊਗਾ? ਖਤਰਾ ਤਾਂ ਹੁਣ ਇਹ, ਹੁਣ ਬੱਚਿਆਂ ਖਾਤਰ ਹੀ ਸ਼ੁਰੂ ਤੋਂ ਕੰਮ ਨਹੀਂ ਕੀਤਾ, ਹੁਣ ਬੱਚਿਆਂ ਖਾਤਰ ਵੀ ਕਰਨਾ ਪੈਂਦਾ ਜੀ, ਬਾਕੀ ਸਰੀਰ 'ਤੇ ਆਉਂਦੀ ਆ ਚਾਹ ਤਾਂ ਆਉਂਦੀ ਆ, ਅਤੇ ਪਰ ਹੁਣ ਜਦੋਂ ਕੰਮ ਹੋਰ ਕੋਈ ਨਹੀਂ ਕੀਤਾ ਗਾ, ਅਤੇ ਇਹੀ ਕੰਮ ਕਰਦੇ ਆ ਰਹੇ ਹਾਂ। ਬਿਲਕੁਲ, ਜਿਵੇਂ ਤੁਹਾਡੇ ਨਿਸ਼ਾਨ ਨੇ ਮੈਂ ਦੇਖ ਰਿਹਾ ਬੋਡੀ ਦੇ ਉੱਤੇ, ਇਸੇ ਕੰਮ 'ਚ ਵੀ ਪਏ ਹੋਏ? ਇਸੇ ਕੰਮ 'ਚ ਹੀ ਪਏ ਜੀ। ਅੱਛਾ, ਆਈਟਮਾਂ ਤੁਸੀਂ ਜਿਹੜੀਆਂ ਖਤਰਨਾਕ ਆਈਟਮਾਂ ਕਰਦੇ ਹੋ, ਥੋੜ੍ਹੀਆਂ ਜਿਹੀਆਂ ਬੋਲ ਕੇ ਦੱਸ ਦਿਓ। ਵੈਸੇ ਤਾਂ ਤੁਹਾਡੀਆਂ ਕੁਛ ਰਿਕਾਰਡਿੰਗਸ ਅਸੀਂ ਕਰ ਲਈਆਂ ਸੀ ਪਹਿਲਾਂ, ਉਹ ਚਾਰ ਦੇਖ ਲੈਣਗੇ ਦੋਸਤ ਸਾਡੇ, ਪਰ ਕੁਛ ਬੋਲ ਕੇ ਵੀ ਦੱਸ ਦਿਓ ਜਿਹੜੀਆਂ ਤੁਸੀਂ ਇੱਥੇ ਨਹੀਂ ਕੀਤੀਆਂ, ਹੋਰ ਥਾਵਾਂ ਕਰਦੇ ਹੋ, ਖਤਰਨਾਕ ਹੁੰਦੀਆਂ ਨੇ। ਹਾਂਜੀ, ਜਿਵੇਂ ਕਿ ਵੱਡਾ ਟਰੈਕਟਰ, ਵੱਡਾ ਟਰੈਕਟਰ ਛਾਤੀ ਉੱਤੇ ਡਪਾਉਣਾ, 50 ਸੂਏ ਬੰਦੇ ਦੇ ਛਾਤੀ 'ਚ ਲਾਉਣੇ, ਅਤੇ ਜਿਵੇਂ ਕਿ ਬੰਦੇ ਨੂੰ 24 ਘੰਟਾ ਵਾਸਤੇ ਥੱਲੇ ਨੱਪ ਦੇਣਾ, ਉਹ ਨੱਪ ਅੱਜ ਅਸੀਂ ਪੱਟਿਆ ਹੋਇਆ, ਕੱਲ੍ਹ ਨੂੰ ਨੱਪਣਾ ਮੁੰਡੇ ਨੂੰ ਜੀ। ਅਤੇ ਜਿਵੇਂ ਕਿ ਰਾਤ ਅਸੀਂ ਕਿੱਕਰ ਦੀਆਂ ਸੂਗਾਂ 'ਤੇ ਪਾਇਆ ਸੀ ਮੁੰਡੇ ਨੂੰ, ਇਸੇ ਲੜਕੇ ਨੂੰ ਪਾਇਆ ਸੀਗਾ। ਅਤੇ ਹੋਰ ਜਿਵੇਂ ਕਿ ਟਰੈਕਟਰ ਰੋਕਣਾ ਬੈਂਕ ਗੇਅਰ ਦੇ ਵਿੱਚ, 4 ਮੋਟਰਸਾਈਕਲ ਰੋਕਣੇ, ਕਈ ਆਈਟਮਾਂ ਹੈਗੀਆਂ ਖਤਰਨਾਕ, ਬਹੁਤ ਜ਼ਿਆਦਾ ਜ਼ਿਆਦਾ, ਜਿਵੇਂ ਸੱਬਲ ਨੂੰ ਠੰਡੀ ਕਰਦੇ ਹੋ, ਜੀਭ ਨਾਲ ਲਾਲ ਕਰਕੇ ਸੱਬਲ ਜੀਭ ਨਾਲ ਠੰਡੀ ਕਰਨੀ, ਜੱਗ ਦੇ ਟਾਇਰ ਦੀ ਮੋਮ ਪਾਉਣੀ ਆਪਣੇ ਸਰੀਰ ਦੇ ਉੱਤੇ ਝਾੜਨੀ, ਇਸ ਤਰ੍ਹਾਂ ਦੀਆਂ ਆਈਟਮਾਂ ਖਤਰਨਾਕ ਸੀ ਸਾਰੀਆਂ। ਇੱਕ ਸੰਗਲ ਜਿਵੇਂ ਕਿ ਲਾਲ ਕਰਕੇ ਅੱਗ ਦੇ ਵਿੱਚ ਠਾਰਨਾ, ਗਾਡਰ ਲਾਲ ਕਰਕੇ ਆਪਣੇ ਪੈਰਾਂ ਦੇ ਨਾਲ ਠੰਡਾ ਕਰਨਾ, ਇਹੋ ਜਿਹੀਆਂ ਸਾਰੀਆਂ ਸਾਡੀਆਂ ਖਤਰਨਾਕ ਹੀ ਹੈ ਜੀ ਆਈਟਮਾਂ। ਨਹੀਂ, ਜਿਵੇਂ ਹੁਣ ਬੋਤਲਾਂ ਭਰਨ ਵਾਲਾ ਤੋਂ ਤੁਹਾਡੀ ਇੱਕ ਆਈਟਮ ਹੈ, ਤੁਸੀਂ ਬੋਤਲਾਂ ਸਿਰ ਦੇ ਵਿੱਚ ਮਾਰ ਕੇ ਭਾਂਦੇ ਹੋ, ਤੁਹਾਡੇ ਨਿਸ਼ਾਨ ਵੀ ਨੇ ਸਿਰ ਦੇ ਉੱਤੇ। ਅੱਛਾ, ਉਹ 'ਚ ਕਈ ਵਾਰੀ ਐਂ ਹੁੰਦਾ ਵੀ ਬੋਤਲ ਦਾ ਕੱਚ ਵਿੱਚ ਰਹਿ ਗਿਆ ਹੋਵੇ, ਤੁਸੀਂ ਉੱਪਰ ਹੋਰ ਇੱਕ ਬੋਤਲ ਮਾਰ ਲਿਓ, ਫਿਰ ਉਹਦੇ ਵੱਖਰਾ ਖਤਰਾ ਹੀ ਹੁੰਦਾ ਹੋਣਾ। ਹਾਂਜੀ, ਹੈ ਤਾਂ ਖਤਰਾ, ਇੱਕ ਹੀ ਰਹਿ ਵੀ ਜਾਂਦਾ ਸਰੀਰ ਦੇ ਵਿੱਚ, ਹੁਣ ਵੀ ਕਈਆਂ ਥਾਵਾਂ ਦੇ ਸਰੀਰ ਦੇ ਵਿੱਚ ਕੰਚ ਹੈਗਾ ਜੀ, ਪਰ ਹਜੇ ਤੱਕ ਤਕਲੀਫ ਤਾਂ ਨਹੀਂ ਕੋਈ ਆਈ। ਬਾਕੀ ਸੇਵਾ ਪਾਣੀ ਕਰਦੇ ਗੁਰੂ ਵਾਲਮੀ ਭਗਵਾਨ ਦੀ, ਬਸ ਉਹਨਾਂ ਦੀ ਰਹਿਮਤ ਦੇ ਨਾਲ ਹੀ ਕਰੀ। ਅੱਛਾ, ਕਦੇ ਕਦੇ ਕੋਈ ਜਿਹਾ ਹੋਇਆ ਘਟਨਾ ਜਾਂ ਸੁਣੀ ਹੋਵੇ ਕਦੇ, ਜਾਂ ਤੁਹਾਡੇ ਨਾਲ ਹੋਈ ਹੋਵੇ ਵੀ ਤੁਸੀਂ ਆਈਟਮ ਕਰਦੇ ਹੋ ਤਾਂ ਨੁਕਸਾਨ ਹੋ ਗਿਆ ਹੋਵੇ, ਕਿਸੇ ਬੰਦਾ ਕੋਈ ਸੀਰੀਅਸ ਜ਼ਖਮੀ ਹੋ ਗਿਆ ਹੋਵੇ, ਹਸਪਤਾਲ ਦਾਖਲ ਕਰਾਉਣਾ ਪੈ ਗਿਆ ਹੋਵੇ? ਕਈ ਵਾਰੀ ਹੋ ਜਾਂਦਾ ਜੀ, ਕਿ ਇੱਕ ਮੁੰਡੇ ਦੇ ਲੱਗ ਗਈ ਸੀਗੀ ਸਾਡੇ ਤੋਂ, ਉਹ ਤੋਂ ਆਪ ਤੋਂ ਹੀ ਲੱਗ ਗਈ ਸੀ, ਫਿਰ ਕੰਚ ਲੱਗ ਗਿਆ ਸੀ ਉਹਦੇ, ਲੰਘਿਆ ਸੀ ਇੱਥੇ, ਛਾਤੀ ਵੀ ਲੰਘਿਆ ਸੀਗਾ, ਉਦੋਂ ਅਸੀਂ ਡਾਕਟਰ ਕੋਲ ਲੈ ਕੇ ਗਏ ਸੀ। ਕਿਸੇ ਟਾਈਮ ਹੋ ਹੀ ਜਾਂਦੇ, ਕੋਈ ਵੀ ਬੰਦਾ ਕੰਮ ਕਰਦਾ ਕਈ ਵਾਰੀ ਨੁਕਸਾਨ ਹੋ ਵੀ ਜਾਂਦਾ, ਭਾਵੇਂ ਕੋਈ ਖੇਤੀਬਾੜੀ ਦਾ ਕਰਦਾ, ਭਾਵੇਂ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਕਰਦਾ, ਅਤੇ ਕਈ ਵਾਰੀ ਹੋ ਹੀ ਜਾਂਦੀ ਹੈ, ਵੱਜ ਹੀ ਜਾਂਦੀ ਹੈ। ਅੱਛਾ, ਤੁਸੀਂ ਮੈਰਿਡ ਹੋ, ਵਿਆਹੇ ਹੋ? ਹਾਂਜੀ। ਟੀਮ 'ਚ ਤੁਹਾਡੀ ਜੋ ਕੋਈ ਸਾਰੇ ਵਿਆਹੇ ਹੋਣੇ, ਕੁਆਰਾ ਵੀ? ਨਹੀਂ, ਇਹਨਾਂ 'ਚੋਂ ਕੋਈ ਨਹੀਂ ਵਿਆਹ ਜੀ। ਹਾਂ, 4 ਬੱਚੇ ਮੇਰੇ, 2 ਗੁੱਡੀਆਂ, ਅਤੇ ਬਸ ਮੈਂ ਮੇਰੇ ਸਿਰ 'ਤੇ ਹੀ ਆ ਘਰ ਜੀ। ਪਰਿਵਾਰ ਨੇ ਨਹੀਂ ਕਦੇ ਕਿਹਾ ਵੀ ਇਹ ਕੰਮ ਛੱਡ ਦਿਓ, ਹੋਰ ਬੜੇ ਕੰਮ ਨੇ,
परिवार ने तो बहुत किया जी, पर बचपन तो कम किया ही नहीं कोई, यही कम किया जी। दस इधरले पासे लगन लग गई, बस 12-13 साल दस मैं इस काम की रही। जो भी काम करते कोई कुछ 6 महीने घर भी रहने तो तभी यही काम करते हैं। हुण तुसीं किन्ने किन्ने दिन का प्रोग्राम करते हो किसी भी पिंड जाके? फिर 10 दिन लग ही जाते सन। अच्छा, किमें परमिशन लेनी पैंदी है? परमिशन लाओ किमें करदे हैं लोग? परमिशन लेनी पैंदी है सरपंच दी, पंचायत तो लेनी पैंदी है। तो इतने का चलो सरपंच नाल साडी फोन ते गल हो गई सी, तो कहते मोहर लवा दे साडे तो पैसे पुछ के बैठे से इतने भी असं कितने भी जाइए जे कोई थाणा लगता सानू उतो थाने चो लवाई दी आ। तो हम बठिंडे शहर की परमिशन ली है असं भी, सारे थाने चो परमिशन ली हुई है। मिल जाती है परमिशन? सौखी मिल जाती है कि कई लोग मना भी कर देंगे? कई लोग मना भी कर देंगे भी उत्थे नहीं भी लाइदा, फिर सरपंच तो पुछते बिना पंचायत की आग्या तो बिना नहीं लाइए। की कहते हो मना क्यों करते भी? हाँ, खतरनाक तुम एडमा करते हैं बच्चे सीखे, बच्चे ना सीखा इस करके फिर कई कोई मना कर देंगे। बाकी ज्यादातर तो कोई एक दो पिंड भवानी होते, नहीं तो हरेक पिंड च ला के आए प्रोग्राम जी। रास्ता जिम्मे प्रोग्राम होंगे, बच्चे भी बहुत सारे बैठे होंगे ने, मैं देखा बच्चों अपील करते होंगे या माँ प्यो करते होंगे कि चीज़ा तो घर कोई ट्राई ना करो? हाँ, करके कह के जाने जी भी ये साढ़े कोई रीस नहीं करनी, अच्छा बचपन तो ही कम करते आ रहे हैं जी। बाकी हूँ माहौल नहीं रहेगा भी आह कमां का भी, जो कि असं कम करते हैं भी ये तुम साड़ी कोई नकल नहीं किसी ने करनी गी कि मगरों कोई यह शरारतबाजी नहीं करनी। जिम्मे तुम जोर वाले काम करते हो ठीक है, तो काफ़ी तकड़ी बॉडी है, जिम्मे ट्रैक्टर रोकने की गल करते हो, मोटरसाइकिल जाम कर देने अपनी बॉडी ना। अजक जो यूथ है नशा च पै गया, खोखला हो गया यूथ, आप देखते हैं वो बारे की कहना चाहोगे? वो बारे कहना चाहते हैं भी नशा तो बहुत माड़ी चीज़ है, जो गया अपने पंजाब चिट्टा बढ़िया कि बहुत दुनिया बर्बाद करती है जी। बहुत समझाई पर दुनिया नहीं समझती। हूँ कई पिंड जाने असं उत्थे पिंड यही कहें भी लॉसमेंट करा करो, बेस तो बचो भी, टीके अजक मुंडे बहुत नौजवान लाई जाते जी, तो नशे का बड़ा इस्तेमाल करी जाते, लड़ाई झगड़े बड़े करी जाते हैं। हूँ कि जिमें कि अगे जिम्मे कट्ठ होंगे हूँ कट्ठ होंगे जी, अगे माहौल होर से हूँ दुनियादारी पै गई नशे जी, हूँ तो पता ही कोई नहीं, जो असं कि कट्ठ कर लें कई बार मुलाजिम भी बुलाने पै जाते हैं तो बहुत ज़्यादा कई बार खराब करते हैं। जो मैं एक तो ऑफ कैमरा भी गल कर रहा कि जो मेरे घर के कोले प्रोग्राम लग्या सी अज तो 10-12 साल पहला, तो उदो इस पंडाल दे नेड़े कोई शराब पीके भी नहीं आता सीगा। हाँ जी, नहीं आता। हुण जिहड़े हैगे ने लोग देखे जा सकते हैं कि आम पंडाल दे विच खड़े होंदे जिन्हें शराब पीती होंदी आ, खराब भी करन दी कोशिश करदे आ प्रोग्राम? खराब कर देंदे, कई हुण की कह नहीं सकते, परदेसी बंदे आ कोई, किसे नूं आपां किसे दे कोई गल नहीं पै सकते। हुण कई थावां ते बहुत परेशानियां दे देंदे सानूं, ते फिर सानूं तां हत्थ ही जोड़ने पैंदे क्यों गरीब बंदे आ, रोटी कमा के खाने बच्चों के खातर फिरदे आ जी, तो कोई कर्म है जो कोई किया नहीं, बचपन तो यह करते हैं कई माण अक भी जाता, पर नहीं जो कोई काम किया नहीं फिर यही असं काम करते हैं। चलो तो एक वक्रे लोग हो गए, जो आम लोग ने जो जैनुअन लोग ने वो रिस्पोंस देंगे इंजॉय करते हैं। हाँ जी, हाँ जी, बहुत ज्यादा करते हैं, कई बजुर्ग आगे बैठ जाते हैं, दान मान भी कई पिंड छापा ताई सियाने दीज़ा ताई मोटरसाइकिलों ताई देंगे जी। बड़े बड़े पिंड पे कोई है कोई 100 पिंड कोई 10 पिंड है भी कोई नहीं मानते गए, पर इधर राजस्थान इलाके जाइए हरियाणे जाइए बहुत ज्यादा मानते जी, पंजाब हम बहुत घट मानते जी। टीम जो तुसी जिम्मे कमेटी भी करते हो उसका की होंगे नाल के कुछ वखरा फ्लेवर दिता जाए लोगों को, क्योंकि ये आइटम तो भी कई बार बोर हो जाते हैं लोग आम तौर पर, इन्हें औरतों तो मूँह ही पासे कर लेंगे। हाँ जी, मन के जब असं प्रोग्राम कर देने ये आइटम करते खतरनाक करते हैं, एंड से आकर ड्रामा करते हैं, अभी कहने भी उन्होंने चीज याद रहना भी घर आपके हसते जा, बच्चों ये ना हो भी उन्होंने आह किया कि भुल जाते हैं कि खुश खुश ही जाते इतों। एक थो छोटी जी आइटम तुसी तुहाडे ये गब्बर सिंह ने है ना, ये कमेटी का काम करते हैं पूरा, मैं अपना माइक इन्हें दे रहा, छोटी जी कुछ करके दिखा दो कमेटी। ये साढ़े सरके दे जोकर है, ये दुनिया का एक जो स्टार्टिंग करते हैं सब तो पहला यही हास्य मजाक दे करते हैं नाटक। छोटा एक नमूना दिखा दो गब्बर सिंह एक, इहदा नाम हुंदा जी गब्बर, जो असीं गब्बर कह के आवाज मारते हैं इहनूं तो उदों के दुनिया बहुत ज़्यादा सौंदा अगो बोलता है। हाँ, असं जो इन्हू कहने भी गब्बर सिंह रैड़ी, तो उदू बाद जवाब दे। हाँ, जो कही गब्बर सिंह रैड़ी मैं तेरा डैडी, जो कही गब्बर सिंह एक इधर उधर दे, जो कही गब्बर सिंह दो तेरे घरे वड़ गई गो, गब्बर सिंह तीन तेरी माँ जाए तीन, क्या चीज़ा बच्चे बहुत खुश होंगे जी इन्ह चीज़ों तो। तो आह मुंडे ने रात असं स्कूलों पाया सी जी, हाँ औरत का यही करते जी। कोई डर नहीं लगता।
ਨਾਰਮਲ ਹੋ ਗਿਆ ਤਾਂ ਹਾਂ ਜੀ ਅੱਛਾ ਇੱਕ ਜਿਹੜਾ ਇਹ ਦੋਸਤ ਬੈਠਾ ਇਹਦੇ ਬਾਰੇ ਵੀ ਥੋੜਾ ਦੱਸ ਦਿਓ ਕਿ ਜਿਹੜਾ ਤੁਸੀਂ ਇਹਨੂੰ ਸਾਈਕਲ ਦੇ ਉੱਤੇ ਬਿਠਾਇਆ ਸੀਗਾ ਉਹਦੇ ਬਾਰੇ ਇਹਨਾਂ ਚਲਾਇਆ ਸੀ 72 ਘੰਟੇ ਸਾਈਕਲ ਚਲਾਈ ਸੀ 72 ਘੰਟੇ ਬਾਅਦ ਚਲਾਈ ਵੈਸੇ ਇਹਨੇ 5 ਦਿਨ ਸਾਈਕਲ ਚਲਾਈ ਨਾ ਇਹਨੇ ਰੋਟੀ ਖਾਧੀ ਹੈ ਨਾ ਸਾਈਕਲ ਤੋਂ ਪੈਰ ਥੱਲੇ ਲਾਇਆ ਜੀ ਕਿ ਇਹਨੂੰ ਰਾਤ ਲਾਇਆ 5 ਦਿਨਾਂ ਬਾਅਦ ਜੀ ਕਿ ਅੱਜ ਕੱਲ੍ਹ ਨੂੰ ਕਿਹੜੀ ਸਮਾਧੀ ਲਾਵਾਂਗੇ 12 ਘੰਟਿਆਂ ਦੀ ਤੁਸੀਂ ਬਾਈ ਜੀ ਸਾਈਕਲ ਦੇ ਉੱਤੇ ਰਹੇ ਹੋ 5 ਦਿਨ ਰਹੇ ਹੋ ਹਾਂਜੀ ਤੁਸੀਂ ਭੁੱਖੇ ਵੀ ਰਹੇ ਹੋ ਪਹਿਲਾਂ ਪਾਣੀ ਪੀਂਦੇ ਰਹੇ ਹੋ ਚਾਹ ਪੀਂਦੇ ਰਹੇ ਹੋ ਹਾਂਜੀ ਐਂ ਲੱਗਦਾ ਨਹੀਂ ਸੀ ਕਦੇ ਵੀ ਪੰਗਾ ਹੀ ਲੈ ਲਿਆ ਨਹੀਂ ਜੀ ਨਹੀਂ ਲੱਗਦਾ ਜੀ ਕਿਵੇਂ ਤੁਹਾਡੇ ਚ ਉਹ ਐਨਰਜੀ ਕਿੱਥੋਂ ਆਉਂਦੀ ਹੈ ਵੀ ਆਪਾਂ ਜਿਉਂ ਜਿਉਂਦੇ ਰਹਿ ਸਕੀਏ ਜਾਂ ਬਿਮਾਰ ਵੀ ਹੋ ਜਾਂਦਾ ਬੰਦਾ ਕਈ ਵਾਰੀ ਭੁੱਖਾ ਉਹ ਬਸ ਮਾਤਾ ਰਾਣੀ ਕਿਰਪਾ ਕਰ ਦਿੰਦੀ ਕਾਲੀ ਮਾਤਾ ਜੀ ਸੇਵਾ ਕਰਦੇ ਕਦੇ ਹੋਇਆ ਵੀ ਐਂ ਐਂ ਤਾਂ ਲੱਗਿਆ ਨਹੀਂ ਵੀ ਕਦੇ ਯਾਰ ਕਿੱਧਰੋਂ ਪੰਗਾ ਲੈਂਦਾ ਹੋਰ ਕੋਈ ਕੰਮ ਕਰ ਦਈਏ ਨਹੀਂ ਜੀ ਲੱਗਿਆ ਜੀ ਤੁਸੀਂ ਹੁਣ ਕੀ ਜਿਹੜੀ ਤੁਸੀਂ ਇੱਕ ਮਿੰਟ ਦੇ ਦਿਓ ਜਿਹੜਾ ਬਾਈ ਜੀ ਤੁਸੀਂ ਸਮਾਧੀ ਕਹਿ ਰਹੇ ਹੋ ਉਹਦਾ ਕੀ ਪ੍ਰੋਸੈਸ ਹੁੰਦਾ ਤੁਸੀਂ ਥੋੜ੍ਹਾ ਸਮਝਾ ਸਕਦੇ ਹੋ ਕੀ ਕਰੋ ਉਹਦੇ ਵਿੱਚ ਹਾਂਜੀ ਕਿ ਇਹ ਵੀ ਸਾਡਾ ਅਭਿਆਸ ਹੋਇਆ ਪਿਆ ਬੰਦੇ ਸਵਾਸ ਉਵੇਂ ਚੱਲੀ ਜਾਂਦੇ ਆ ਵੀ ਉਹ ਗੱਲ ਨਹੀਂ ਬੰਦੇ ਨੂੰ ਕੋਈ ਖਤਰੇ ਵਾਲੀ ਗੱਲ ਨਹੀਂ ਹੁੰਦੀ ਗੀ ਕੀ ਕਰਦੇ ਕੀ ਹੋਏ ਕਟੋਏ ਦੇ ਵਿੱਚ ਕੀ ਕਰਦੇ ਇਹ ਕਿ ਸਾਡੀ ਮਿਹਨਤ ਆਈ ਕਿ ਲਾਸਟ ਵਾਲੇ ਦਿਨ 'ਤੇ ਅਸੀਂ ਜੋ ਕਿ ਸਾਨੂੰ ਮਿਲਣਾ ਕੋਈ ਸਰਪੰਚ ਨੇ ਸਾਨੂੰ ਕੋਈ ਦੇਣਾ ਕੋਈ ਟੱਕ ਲਾਉਣਾ ਚਾਹੇ 5,500 ਰੁਪਈਏ ਦੇ ਕੇ 11,000 ਰੁਪਈਏ ਦੇ ਕੇ ਸਾਨੂੰ ਉਸ ਚੀਜ਼ 'ਤੇ ਮਿਲਣਾ ਇਸ ਮੁੰਡੇ ਦੀ ਹੁਣ ਆਪਾਂ ਸਮਾਧੀ ਲਾਉਣੀ ਗੱਬਰ ਸਿੰਘ ਦੀ 12 ਘੰਟਿਆਂ ਵਾਸਤੇ ਨਹੀਂ ਕਿਵੇਂ ਸਮਾਧੀ ਇੱਕ ਟੋਆ ਪੱਟਦੇ ਹੋ ਉਹਦੇ 'ਚ ਬੰਦੇ ਨੂੰ ਬੰਦ ਕਰ ਦਿੰਦੇ ਹੋ ਜਿਵੇਂ ਕਿ ਟੋਆ ਪੱਟ ਲਿਆ ਜੀ ਟੋਆ ਪੱਟ ਕੇ ਉੱਤੇ ਆਪਾਂ ਗਾਡਰ ਪਾ ਦਾ ਗਾਡਰ ਦੇ ਉੱਤੇ ਫੱਟੇ ਪਾ ਦੇ ਜਿਵੇਂ ਆਪਾਂ ਕਾਲਬ ਕਰ ਦਿੰਦੇ ਹਾਂ ਉਸ ਤਰ੍ਹਾਂ ਕਰਕੇ ਲਾਉਣਾ ਇੱਕ 24 ਬਕਸਾ ਬਣਾ ਕੇ ਉਹਦੇ ਵਿੱਚ ਪਾ ਦਿੰਦੇ ਹਾਂ ਜੀ 24 ਘੰਟਿਆਂ ਬਾਅਦ ਤੁਸੀਂ ਉਹਨੂੰ ਕੱਢਣਾ ਹੁੰਦਾ ਹਾਂ 24 ਘੰਟਿਆਂ ਬਾਅਦ ਚਾਹੇ 12 ਘੰਟਿਆਂ ਬਾਅਦ ਜੀ ਹੁਣ ਗਰਮੀ 'ਚ ਤਾਂ 12 ਘੰਟਿਆਂ ਦੀ ਲਾਈ ਦੀ ਕਿਉਂਕਿ ਭੜਾਸ ਬਣ ਜਾਂਦੀ ਹੈ ਸਮਾਧੀ 'ਚ ਬਾਕੀ ਬੰਦੇ ਨੂੰ ਇਹਨੇ ਕੁਛ ਸਵਾਸਾ ਉਵੇਂ ਚੱਲਦਾ ਰਹਿੰਦਾ ਕੋਈ ਨਜ਼ਰਬੰਦ ਨਹੀਂ ਕਈ ਕਹਿੰਦੇ ਵੀ ਇਹ ਧੋਖੇ ਨਾਲ ਪੈਸੇ ਲੈ ਜਾਂਦੇ ਜਾਂ ਠੱਗੀ ਮਾਰਦੇ ਆ ਜੋ ਕਿ ਦਾਨ ਜੀ ਨੇ ਦੇਣਾ ਵੀ ਉਹਦੀ ਸ਼ਰਧਾ ਨਾਲ ਦਾਨ ਦੇਣਾ ਨਹੀਂ ਫਿਰ ਉਹਨੂੰ ਘਬਰਾਹਟ ਨਹੀਂ ਹੁੰਦੀ ਅੰਦਰ ਉਹ ਤਾਂ ਕੰਧਾਂ ਨਾਲ ਟੱਕਰਾ ਮਾਰਦਾ ਹੋਣਾ ਜਦੋਂ ਘਬਰਾਹਟ ਹੁੰਦੀ ਹੋਣੀ ਹਾਂ ਕਈ ਵਾਰੀ ਘਬਰਾਹਟ ਹੋਣ ਵੀ ਲੱਗ ਪੈਂਦੇ ਕਿ 100% ਤਾਂ ਨਹੀਂ ਹੁੰਦੀ ਨਹੀਂ ਘਬਰਾਹਟ ਵਾਲੇ ਬੰਦੇ ਨੂੰ ਪਾਉਂਦੇ ਨਹੀਂ ਜੀ ਕਿਉਂਕਿ ਜਿਹੜੇ ਬੰਦੇ ਦਾ ਅਭਿਆਸ ਆ ਉਸੇ ਨੂੰ ਪਾਈਦਾ ਜੀ ਨਹੀਂ ਅਭਿਆਸ ਸ਼ੁਰੂਆਤ ਤੋਂ ਉਹਨੇ ਵੀ ਕੀਤੀ ਹੋਣੀ ਕਦੇ ਹਾਂ ਹਾਂ ਉਦੋਂ ਸਿਆਲ ਦੀਆਂ ਸਮਾਧੀਆਂ ਲੈ ਜੀ ਜਿਵੇਂ ਕਿ ਬੰਦੇ ਨੂੰ ਟ੍ਰੇਨਿੰਗ ਕਰਨਾ ਉਦੋਂ ਠੰਡ ਦੇ ਵਿੱਚ ਸਮਾਧੀ ਲਾਉਣੀ ਆ ਵੀ ਠੰਡ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਘੱਟ ਖਤਰਾ ਹੁੰਦਾ ਹਾਂ ਜਮਾਂ ਨਹੀਂ ਖਤਰਾ ਹੁੰਦਾ ਜੀ ਉਦੋਂ ਕਈ ਵਾਰੀ ਅਜਿਹਾ ਹੋਇਆ ਵੀ ਕਦੇ ਉਹਦਾ ਬੰਦਾ ਨੁਕਸਾਨ ਹੋ ਗਿਆ ਹੋਵੇ ਹੋਸਪਿਟਲ ਲਿਜਾਣਾ ਪੈ ਗਿਆ ਹੋਵੇ ਜਾਂ ਉਹਦੇ ਪਰਿਵਾਰ ਨੇ ਕਹਿਤਾ ਹੋਵੇ ਦੁਬਾਰਾ ਨਹੀਂ ਕਰਨਾ ਇਹ ਕੰਮ ਨਹੀਂ ਅੱਜ ਤੱਕ ਤਾਂ ਨਹੀਂ ਹੋਇਆ ਜੀ ਆਪਾਂ ਨੂੰ ਮੈਨੂੰ 20 ਸਾਲ ਹੋ ਗਏ ਕੰਮ ਕਰਦੇ ਨੂੰ ਪਰ ਕਦੇ ਨਹੀਂ ਇਹੋ ਜਿਹੀ ਪ੍ਰੋਬਲਮ ਨਹੀਂ ਆਈ ਸਮਾਧੀ 'ਚ ਚਾਹੇ ਮੁੰਡੇ ਨੂੰ ਬੇਟਾਈਮਾ ਕੱਢਿਆ ਹੋਵੇ ਜਿਹੜਾ ਟਾਈਮ ਬੋਲਤਾ ਉਸੇ ਟਾਈਮ 'ਤੇ ਕੱਢਣਾ ਕਿ ਕੋਈ ਖਤਰਾ ਨਹੀਂ ਹੁੰਦਾ ਕੋਈ ਇਹੋ ਜਿਹੀ ਗੱਲ ਕੋਈ ਨਾ ਕੋਈ ਨਸ਼ਾ ਪਤਾ ਬੰਦੇ ਨੂੰ ਸ਼ਾਦੇ ਨੂੰ ਉਵੇਂ ਵੜਨਾ ਅਤੇ ਉਵੇਂ ਕੱਢਣਾ ਕਿੰਨਾ ਟਾਈਮ ਹੋ ਗਿਆ ਤੁਸੀਂ ਦੱਸ ਰਹੇ ਹੋ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਕੰਮ ਨਾਲ ਸਾਨੂੰ ਹੋ ਗਏ 20 ਸਾਲ ਹੋ ਗਏ 32 ਸਾਲਾਂ ਦੀ ਉਮਰ ਆਈ ਸਾਡੀ ਚਲੋ ਬਾਈ ਜੀ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣਾ ਸਮਾਂ ਦਿੱਤਾ ਸਾਡੇ ਜਿਹੜੇ ਦੋਸਤ ਨੇ ਉਹ ਦੇਖ ਰਹੇ ਨੇ ਪ੍ਰੀਤ ਉਹਨਾਂ ਨੂੰ ਇੱਕ ਵਾਰੀ ਇਹ ਜ਼ਰੂਰ ਕਹਿ ਦਿਓ ਕਿ ਅਜਿਹੀਆਂ ਆਈਟਮਾਂ ਜਿਹੜੀਆਂ ਤੁਹਾਡੇ ਸ਼ਾਰਟਸ ਵੇਖਣਗੇ ਉਹ ਟਰਾਈ ਨਾ ਕਰਨ ਕਦੇ ਵੀ ਕਰੇ ਬਾਕੀ ਬੱਚਿਆਂ ਨੂੰ ਸਾਡੀ ਬੇਨਤੀ ਆ ਵੀ ਇਹ ਸਾਡੇ ਰੇਸ ਨਹੀਂ ਕਰਨੀ ਕਿਸੇ ਬੱਚੇ ਨੇ ਕਿ ਨਾ ਹੀ ਸਾਡੀ ਕੋਈ ਨਕਲ ਕਰਨੀ ਆ ਕੋਈ ਸਾਈਕਲ ਬਾਰੇ ਕੋਈ ਆ ਜੋ ਕੋਈ ਅਸੀਂ ਕੰਚ ਦੀ ਖੇਡ ਕਰਦੇ ਹਾਂ ਕਿ ਬੱਚਿਆਂ ਨੂੰ ਸਾਡੀ ਇਹ ਹੱਥ ਬੰਨ ਕੇ ਬੇਨਤੀ ਆ ਵੀ ਇਹ ਸਾਡੀ ਨਕਲ ਨਾ ਕਰਨ ਇਸ ਕੰਮ ਦੇ ਵਿੱਚ ਨਾ ਵੜਨ ਕਿਉਂਕਿ ਇਸ ਕੰਮ ਦੀ ਹੁਣ ਬਹੁਤ ਜ਼ਿਆਦਾ ਕਦਰ ਘੱਟ ਗਈ ਆ ਕਿ ਕਿਸੇ ਕਿਸੇ ਨਗਰਾਂ ਦੇ ਵਿੱਚ ਹੈਗੀ ਆ ਕਦਰ ਸ਼ੁਕਰੀਆ ਬਾਈ ਜੀ ਸੋ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਚੀਜ਼ ਨੂੰ ਦੇਖ ਸਕਣ ਅੱਜ ਕੱਲ੍ਹ ਦੀ ਜਿਹੜੀ ਪੀੜ੍ਹੀ ਆ ਉਹਨਾਂ ਨੇ ਤਾਂ ਸ਼ਾਇਦ ਇਹ ਚੀਜ਼ਾਂ ਨਹੀਂ ਦੇਖੀਆਂ ਹੋਣੀਆਂ ਬਹੁਤ ਸਾਰੇ ਲੋਕਾਂ ਨੇ ਕਿਤੇ ਕਿਤੇ ਜ਼ਰੂਰ ਜਾਣਦੇ ਹੋਣਗੇ ਪਰ ਪੁਰਾਣੇ ਲੋਕ ਜਦੋਂ ਇਹ ਪੂਰਾ ਟ੍ਰੈਂਡ ਸੀਗਾ ਉਦੋਂ ਜ਼ਰੂਰ ਲੋਕ ਇਸ ਚੀਜ਼ ਨੂੰ ਜਿਹੜਾ ਦੇਖ ਕੇ ਇੰਜੋਏ ਕਰਨਗੇ ਸੋ ਦੋਸਤੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ
are you all my personal dear?